जिंदगी सचमुच बहुत अलग चीज़ है, जिंदगी प्रभ आसरे है। तो जो असी प्रभ आसरा संस्था के आए हैं तो सबबी प्रभ आसरा की जिहड़ी एंबूलेंस है वह एक माता जी नूं लैके आए हैं, बिरध माता जी ने, और उन्हां दी अवस्था तो पता लगता है कि उम्र भी बहुत है और दूसरी गल मानसिक रूप दे विच भी माता जी मैनू लगता नहीं कि बहुत ठीक ने। एक कुदरती सबब बनिया कि असी न्यासरियां दे घर प्रभ आसरा दे विच आए सी, जदों संस्था की एंबूलेंस इस माता जी नूं लैके आए ने। भाई शमशेर सिंह जी स्वागत कर रहे हैं, पता करांगे बीबी जी कौन ने, माता जी कौन ने। ਤੁਸੀਂ ਯਾਦ ਹੈ ਵੀ ਉਹ ਰੋਡ ਦੇ ਉੱਤੇ ਰਾਤ? ਹਾਂ ਹਾਂ ਸਭ ਕੁਝ ਪਤਾ ਹੈਗਾ। ਮਾਤਾ ਜੀ ਕਿੱਥੋਂ ਤੁਸੀਂ ਪਤਾ ਹੈ ਜੀ? ਤੁਸੀਂ ਜਿੱਥੋਂ ਆਇਆ ਬਾਬਾ ਜੀ, ਹਾਂਜੀ ਉੱਥੋਂ ਹੀ ਮੈਂ ਆਇਆ। ਵਾਹ ਜੀ ਵਾਹ। ਗਾਹ ਬੜੀ ਦੂਰੋਂ ਸੈਰ ਕਰਕੇ ਤੁਹਾਨੂੰ ਮਿਲਣ। ਸੈਰ ਕਰਕੇ ਆਏ ਹੋ? ਹਾਂਜੀ। ਆ ਜਾਓ ਜੀ, ਆਇਆਂ ਨੂੰ ਤੁਸੀਂ ਆ ਗਏ ਤਾਂ ਜੀ ਆਇਆਂ ਨੂੰ। ਨਾਮ ਕੀ ਹੈ ਮਾਤਾ ਜੀ ਦਾ? ਨੀਲਮ ਰਾਣੀ। ਨੀਲਮ ਰਾਣੀ। ਜੈ ਗੁਰੂ ਮਹਾਰਾਜ, ਜੈ ਹੋ। ਆ ਜਾਓ ਆ ਜਾਓ। ਕਹਿੰਦੇ ਆ ਨਾ ਕਿ ਬੰਦਾ ਕਦੋਂ ਕਿਸੇ ਦੇ ਮਾਰਿਆ ਮਰਦਾ ਹੈ, ਮਾਰੇ ਨਾ ਕਰਤਾਰਪੁਰ। ਭਾਈ ਸਾਹਿਬ ਕਿੱਥੋਂ ਨੇ ਮਾਤਾ ਜੀ ਇਹ, ਅਤੇ ਕੀ ਹੁਣ ਚੈੱਕਅਪ ਲਈ ਆਏ ਨੇ? ਰਾਤ ਫੋਨ ਆਇਆ ਮੈਨੂੰ 8:15 'ਤੇ। ਅੱਛਾ ਜੀ। ਕਿ ਅਸੀਂ ਨੈਸ਼ਨਲ ਹਾਈਵੇ ਤੋਂ ਗੁਜ਼ਰ ਰਹੇ ਹਾਂ ਅਤੇ ਇੱਥੇ ਇੱਕ ਔਰਤ ਹੈ ਅਤੇ ਹਾਈਵੇ ਦੇ ਉੱਤੇ ਆ, ਫਲਾਈਓਵਰ ਦੇ ਉੱਤੇ, ਖਰੜ ਕੁਰਾਲੀ ਹਾਈਵੇ ਹੈ ਇਹ, ਫਲਾਈਓਵਰ ਦੇ ਉੱਤੇ ਜਿੱਥੇ ਬਹੁਤ ਸਪੀਡ ਨਾਲ ਗੱਡੀ ਨਿਕਲ ਰਹੀ ਹੈ, ਅਤੇ ਉੱਥੇ ਜਦੋਂ ਇਹਨਾਂ ਨੂੰ ਰਾਤ ਬੇਬਸ ਅਤੇ ਲਾਚਾਰੀ ਦੀ ਹਾਲਤ ਵਿੱਚ ਕਿਸੇ ਸੱਜਣ ਨੇ ਦੇਖਿਆ, ਉਹਦੀ ਫੈਮਿਲੀ ਵੀ ਨਾਲ ਸੀ, ਉਹਨੇ ਗੱਡੀ ਰੋਕ ਲਈ ਉੱਥੇ। ਕਹਿੰਦੇ ਜੀ ਮੈਨੂੰ ਇੱਦਾਂ ਲੱਗ ਰਿਹਾ ਸੀ ਕੁਛ ਵੀ ਹੋ ਸਕਦਾ, ਕਿਉਂ ਹਨੇਰਾ ਬਹੁਤ, ਅੱਗਿਓਂ ਵੀ ਲਾਈਟਾਂ ਪੈਂਦੀਆਂ ਅਤੇ ਪਿੱਛੋਂ ਵੀ, ਅਤੇ ਲਾਈਕ ਉਹਨੇ ਕਿਤੇ 112 ਨੰਬਰ 'ਤੇ ਫੋਨ ਕੀਤਾ, ਉਹ ਇਮੀਡੀਏਟਲੀ ਤਾਂ ਰਿਲੀਫ ਨਹੀਂ ਪਹੁੰਚੀ ਹੋਣੀ, ਅਤੇ ਫਿਰ ਫਟਾਫਟ ਉਸੇ ਵੇਲੇ ਅਸੀਂ ਹਾਈਵੇ 'ਤੇ ਐਂਬੂਲੈਂਸ ਲੈ ਕੇ ਗਏ ਅਤੇ ਮਾਤਾ ਜੀ ਨੂੰ ਕਿੱਥੇ ਲਿਆਂਦਾ ਅਤੇ ਉਸੇ ਵੇਲੇ ਵੀ ਸੰਭਾਲ 'ਤੇ। ਮਾਤਾ ਜੀ ਦਾ ਉੱਤਰ ਕਿੱਡਾ ਵਧੀਆ ਸੀ ਜਦੋਂ ਮੈਂ ਪੁੱਛਿਆ ਕਿ ਤੁਸੀਂ ਕਿੱਥੋਂ? ਕਹਿੰਦੇ ਜਿੱਥੋਂ ਭਾਈ ਆਪਾਂ ਸਾਰੇ ਆਏ ਹਾਂ, ਮਤਲਬ ਕੁਦਰਤ ਦੇ ਗੋਦ 'ਚੋਂ। ਇਹ ਰਿਐਲਿਟੀ ਬਿਲਕੁਲ ਜਿਸ ਦਿਨ ਸਾਨੂੰ ਇਹ ਸਮਝ ਵਿੱਚ ਆ ਗਿਆ ਨਾ, ਅਸੀਂ ਜਾਣਾ ਕਿੱਥੇ ਹੈ ਜਿੱਥੇ ਸਾਰਿਆਂ ਨੇ ਜਾਣਾ ਹੈ, ਆਏ ਕਿੱਥੋਂ ਹੈ ਜਿੱਥੋਂ ਸਾਰੇ ਆਏ, ਇੱਕ ਪਰਿਵਾਰ ਦੀ ਤਰ੍ਹਾਂ ਜੇਕਰ ਸਾਡੇ ਅੰਦਰ ਫੀਲਿੰਗ ਬਣ ਗਈ ਤਾਂ ਉਹ ਦਿਨ ਦੂਰ ਨਹੀਂ ਕਿ ਸਾਡੇ ਸਾਥੀ ਜਿਹੜੇ ਅੱਜ ਇਸ ਵੇਲੇ ਵਿਚਾਰੇ ਸੜਕਾਂ 'ਤੇ ਰੁਲ ਜਾਂਦੇ ਆ, ਮੈਂ ਰਾਤ ਦੀ ਖਬਰ ਦੱਸ ਦਿੰਦਾ ਜੀ ਬਿਲਕੁਲ। ਉਸ ਵੇਲੇ ਜੇ ਉਹ ਕੁਛ ਵੀ ਹੋ ਸਕਦਾ, ਜੇ ਉਹ ਸੱਜਣ ਵਿਚਾਰੇ ਥੋੜ੍ਹਾ ਜਿਹਾ ਵੀ ਕਿਤੇ ਲਾਪਰਵਾਹੀ ਜਾਂ ਕੋਈ ਇਗਨੋਰ ਹੋ ਜਾਂਦਾ ਉਹਨਾਂ ਵੱਲੋਂ ਅਤੇ ਕੀ ਰਿਜ਼ਲਟ ਨਿਕਲਦੇ ਸੀ, ਇਸ ਕਰਕੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਅਤੇ ਆਸ ਹੈ ਮੈਨੂੰ ਕਿ ਮਾਤਾ ਜੀ ਬੜੀ ਜਲਦੀ ਇੰਪਰੂਵ ਹੋ ਕੇ ਹੁਣ ਹੋਸਪਿਟਲ ਆਪਣੇ ਜੀ ਪ੍ਰਭ ਆਸਰਾ ਚੈਰੀਟੇਬਲ ਮੈਡੀਕਲ ਸੇਵਾ ਸੈਂਟਰ, ਉਹਦੇ ਵਿੱਚ ਹੁਣ ਇਹਨਾਂ ਦੇ ਸਾਰੇ ਟੈਸਟ ਕਰਵਾ ਕੇ ਸਾਰਾ ਕੁਛ ਲੈ ਕੇ ਆਏ, ਮੈਨੂੰ ਆਸ ਹੈ ਬੜੀ ਜਲਦੀ ਠੀਕ ਹੋ ਕੇ ਆਪਣੇ ਵਾਸਨ ਦੇ ਹਵਾਲੇ ਹੋ ਜਾਣਗੇ। ਚਲੋ ਆਪਾਂ ਵੀ ਅਰਦਾਸ ਕਰਦੇ ਹਾਂ ਜੀ ਠੀਕ ਹੋਣ। ਮੈਂ ਤੁਹਾਨੂੰ ਹੋਰ ਐਕਟੀਵਿਟੀਆਂ ਵੀ ਦਿਖਾਉਂਦਾ ਭਾਈ ਸਾਹਿਬ ਨਾਲ ਵੀ ਗੱਲਬਾਤ, ਕਿਉਂਕਿ ਧੁੱਪ ਬਹੁਤ ਹੈ ਅਤੇ ਸਾਰੀਆਂ ਚੀਜ਼ਾਂ ਦੇਖਣੀਆਂ ਬੜੀਆਂ ਜ਼ਰੂਰੀ ਹੁੰਦੀਆਂ ਨੇ। ਆਹ ਵੇਖੋ ਐਕਟੀਵਿਟੀ, ਜ਼ਿੰਦਗੀ ਦੀ ਖੂਬਸੂਰਤੀ ਦੇਖੋ, ਇਹ ਸਾਡੇ ਜਿਹੜੇ ਬੱਚੇ ਆ ਨਾ ਅਤੇ ਨਾਲ ਸਾਡਾ ਸਟਾਫ ਪਰਸਨ ਜਿਹੜੀਆਂ ਸਾਡੀਆਂ ਨਰਸਿਸ ਨੇ ਅਤੇ ਉੱਧਰੋਂ ਸਾਡੇ ਇਹ ਜਿਹੜੇ ਸਪੈਸ਼ਲ ਚਾਈਲਡ ਨੇ ਜਿਹੜੇ, ਉਹਨਾਂ ਦੀ ਐਕਟੀਵਿਟੀ ਚੱਲ ਰਹੀ ਹੈ। ਸੋ ਮੈਂ ਤੁਹਾਨੂੰ ਨਾ ਅਸਲ ਦੇ ਵਿੱਚ ਮੇਰਾ ਮਕਸਦ ਇਹ ਹੈ ਤੁਹਾਨੂੰ ਦੱਸਣ ਦਾ ਜਾਂ ਦਿਖਾਉਣ ਦਾ ਕਿ ਤੁਹਾਨੂੰ ਪਤਾ ਲੱਗੇ ਕਿ ਚੀਜ਼ਾਂ ਮਕੈਨੀਕਲ ਨਹੀਂ ਹਨ ਗੀਆਂ। ਮੈਂ ਬੜਾ ਸਪਸ਼ਟ ਹੁੰਦਾ ਜ਼ਿੰਦਗੀ 'ਚ ਕਈ ਮਾਮਲਿਆਂ ਨੂੰ ਲੈ ਕੇ, ਸਭ ਕੁਝ ਪ੍ਰੈਕਟੀਕਲ ਹੈ। ਇਹ ਬੱਚਿਆਂ ਦੀ ਐਕਟੀਵਿਟੀ ਕਰਾਉਣੀ ਵੀ ਇਹ ਪ੍ਰੈਕਟੀਕਲ ਹੈ, ਇਹ ਤੁਹਾਨੂੰ ਦਿਖਾਉਣ ਦਾ ਮਕਸਦ ਮੇਰਾ ਸਵਾਬ ਇਹ ਹੈ ਕਿ ਕਈ ਇਹ ਸੋਚਦੇ ਹੁੰਦੇ ਆ ਕਿ ਪਤਾ ਨਹੀਂ ਇਹਨਾਂ ਨੂੰ ਤਾੜ ਕੇ ਰੱਖਿਆ ਜਾਂਦਾ। ਨਹੀਂ ਯਾਰ, ਜਿਵੇਂ ਪਰਿਵਾਰ ਆਪਣਾ ਤੁਹਾਡਾ ਮੇਰਾ, ਇਹ ਪਰਿਵਾਰ ਦੇ ਜੀ ਨੇ ਸਾਰੇ, ਖੇਡ ਰਹੇ ਨੇ, ਇੱਕ ਵਿਲੱਖਣ ਕਿਸਮ ਦੀ ਐਕਟੀਵਿਟੀ ਇਹਨਾਂ ਦੀ ਚੱਲ ਰਹੀ ਹੈ ਔਰ ਚੰਗੀ ਗੱਲ ਆ, ਖੁਸ਼ੀ ਦੀ ਗੱਲ ਆ। ਉੱਧਰੋਂ ਸਕੂਲ ਵੈਨ ਆ ਗਈ ਪ੍ਰਭ ਆਸਰਾ ਦੀ, ਤੁਹਾਨੂੰ ਉਹ ਵੀ ਦਿਖਾ ਦਿੰਦਾ। ਇਹ ਪ੍ਰਭ ਆਸਰਾ ਦੀ ਸਕੂਲ ਵੈਨ ਹੈ ਜਿੱਥੇ ਸਾਡੀ ਫੁਲਵਾੜੀ ਦੇ ਜਿਹੜੇ ਛੋਟੇ ਛੋਟੇ ਬੱਚੇ ਆ ਉਹ ਸਕੂਲ ਦੇ ਵਿੱਚ ਜਾਂਦੇ ਆ। ਸੋ ਇਹ ਵੇਖੋ ਰੰਗ ਕਰਤਾਰ ਦੇ, ਆਹ ਵੇਖੋ ਛੋਟੇ ਛੋਟੇ ਬੱਚੇ। ਇਹ ਚੀਜ਼ਾਂ ਤੁਹਾਨੂੰ ਦਿਖਾਉਣੀਆਂ ਇਸ ਕਰਕੇ ਜ਼ਰੂਰੀ ਨੇ, ਇਸ ਕਰਕੇ ਲਾਜ਼ਮੀ ਨੇ, ਤੁਹਾਨੂੰ ਪਤਾ ਲੱਗੇ ਚੀਜ਼ਾਂ ਚੱਲਦੀਆਂ ਕਿਵੇਂ ਨੇ, ਤੁਹਾਨੂੰ ਪਤਾ ਲੱਗੇ ਕਿ ਸੇਵਾ ਦਾ ਸੰਕਲਪ ਜਿਹੜਿਆਂ ਨੇ ਲਿਆ ਹੁੰਦਾ ਜਾਂ ਜਿਨ੍ਹਾਂ ਦੇ ਜਿਨ੍ਹਾਂ ਨੂੰ ਮਾਲਕ ਸੇਵਾ ਦਾ ਸੰਕਲਪ ਬਖਸ਼ਦਾ, ਉਹ ਸੇਵਾ ਕਰਨੀ ਸੱਚਮੁੱਚ ਬਹੁਤ ਔਖਾ ਕਾਰਜ ਹੈ। ਅਤੇ ਇਸ ਔਖੇ ਕਾਰਜ ਨੂੰ ਨਿਭਾਉਂਦੇ ਹੋਏ ਸਾਰੇ ਸਾਡੇ ਸਟਾਫ ਦੇ ਮੈਂਬਰ, ਸਾਡਾ ਸਾਰਾ ਸਟਾਫ, ਇਹ ਛੋਟੇ ਛੋਟੇ ਫੁੱਲ ਦੇਖੋ ਤੁਸੀਂ, ਪਿਆਰੇ ਜਿਹੇ ਫੁੱਲ,
ਜ਼ਿੰਦਗੀ ਦਾ ਪਤਾ ਨਹੀਂ ਕੀ ਸਬੱਬ ਬਣਿਆ ਹੋਣਾ ਕਿ ਇੱਥੇ ਆਉਣਾ ਪਿਆ ਇਹਨਾਂ ਨੂੰ, ਪਰ ਇਹ ਆਪਣੇ ਪਰਿਵਾਰ ਦੇ ਵਿੱਚ ਹੀ ਨੇ, ਕਿਸੇ ਦੂਸਰੀ ਜਗ੍ਹਾ 'ਤੇ ਨਹੀਂ, ਇਹ ਆਪਣੇ ਪਰਿਵਾਰ 'ਚ ਆਏ ਨੇ। ਸਗਾਂ ਜੇ ਬਾਹਰ ਹੁੰਦੇ ਤਾਂ ਸ਼ਾਇਦ ਜ਼ਿੰਦਗੀ ਔਖੀ ਹੁੰਦੀ, ਇੱਥੇ ਆ ਗਏ ਤਾਂ ਹੁਣ ਸ਼ਾਇਦ ਸਮਝ ਜਾਣ। ਭਾਅ ਜੀ, ਭਾਈ ਸਾਹਿਬ, ਕੀ ਹਾਲ ਹੈ ਸੰਦੀਪ ਦਾ? ਸਿੱਧੇ ਹੋ ਜਾਓ, ਸਿੱਧੇ। ਸ਼ਾਬਾਸ਼ ਕੀ ਕਿਤੇ ਗਿਆ ਹੈ? ਉਹਦੇ ਚਿਹਰੇ 'ਤੇ ਸਮਾਈਲ ਦੇਖੋ, ਮੁਸਕਰਾਹਟ ਦੇਖੋ, ਜ਼ਿੰਦਗੀ ਹਸਾਉਂਦੀ ਹੈ। ਭਾਅ ਜੀ, ਬੱਚਿਆਂ ਦੀ ਜਾਣਕਾਰੀ ਦਊਂਗੇ ਨਾ ਤੁਹਾਨੂੰ ਦੀ, ਕਦੋਂ ਦੇ ਆਏ ਹੋਏ ਨੇ, ਪਹਿਲਾਂ ਨਹੀਂ ਮੈਨੂੰ ਮਿਲੇ ਇਹ ਜਵਾਬ? ਮਾਤਾ ਵਾਲੇ ਜਵਾਬ ਹੋਣਾ, ਅਸਲ 'ਚ ਲਾਈਕ ਬੱਚੇ ਸਾਡੇ ਸਮਾਜ ਦੇ ਵਿੱਚ ਨਾ ਇਹਨਾਂ ਦੇ ਪ੍ਰਤੀ ਮੈਂ 86 ਬਾਲ ਖੇਲਣਾ ਆਤਾ ਹੈ। ਹੈ ਬਾਲ? ਹਾਂ ਬਾਲ, ਹਾਂ ਬਾਲ ਖੇਲਣਾ ਆਤਾ ਹੈ। ਓ ਕਿਹੜੀ ਬਾਲ? ਮੈਂ 86 ਵਾਲੀਬਾਲ ਖੇਲਣਾ ਆਤਾ ਹੈ। ਵਾਲੀਬਾਲ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਹਾਊ ਆਰ ਯੂ? ਆ ਜਾਓ। ਕੀ ਨਾਮ ਹੈ ਤੁਹਾਡਾ? ਮੋਹਿਤ। ਨੇੜੇ ਹੋ, ਕੀ ਨਾਮ ਹੈ? ਮੋਹਿਤ। ਮੋਹਿਤ, ਕਿਵੇਂ, ਠੀਕ ਹੋ? ਕੀ ਖੇਡਦੇ ਹੋ ਮੋਹਿਤ? ਟੈਨਿਸ ਵੀ? ਵੈਰੀ ਗੁੱਡ, ਵਧੀਆ ਲੱਗਦਾ ਇੱਥੇ? ਹੈਂ, ਬਹੁਤ ਵਧੀਆ, ਕਿਆ ਬਾਤ ਹੈ, ਵਧੀਆ ਹੀ ਹੋਣਾ ਚਾਹੀਦਾ। ਹਾਂਜੀ ਸਰ, ਆਪਾਂ ਇਹਨਾਂ ਬੱਚਿਆਂ ਬਾਰੇ ਗੱਲ ਕਰਦੇ, ਜਿਹੜੇ ਮੈਂਟਲੀ ਜਿਹਨਾਂ ਨੂੰ ਪ੍ਰੋਬਲਮਸ ਅਲੱਗ ਅਲੱਗ ਤਰ੍ਹਾਂ ਦੀਆਂ ਨਾ, ਅਤੇ ਫਿਜ਼ੀਕਲੀ ਵੀ ਪ੍ਰੋਬਲਮ ਹੈ ਜਿਹਨੂੰ ਅਸੀਂ ਸੈਰੀਬਲ ਪਲਸੀ ਕਹਿੰਦੇ ਹਾਂ, ਅਤੇ ਥੋੜ੍ਹਾ ਜਿਹਾ ਇੰਟਲੈਕਚੁਅਲੀ ਵੀਕ ਹੈ ਬੱਚੇ, ਅਤੇ ਇਹਨਾਂ ਲਈ ਮੈਂ ਵਾਰ ਵਾਰ ਇਹੀ ਸਵਾਲ ਕਰਦਾ ਹੁੰਦਾ ਹੈ ਨਾ। ਹੁਣ ਤਾਂ ਸਾਡੇ ਕੋਲ ਚਾਈਲਡ ਵੈਲਫੇਅਰ ਕਮੇਟੀ ਲੈ ਆਈ, ਕਿਤੇ ਵੀ ਮਿਲਿਆ, ਕਿਸੇ ਨੇ ਕਰੈਡਲ 'ਚ ਪੁਲਿਸ ਲੈ ਆਈ, ਬਹੁਤ ਅਲੱਗ ਅਲੱਗ ਹਾਲਾਤਾਂ ਨਾਲ ਸਾਡੇ ਕੋਲ ਬੱਚੇ ਪਹੁੰਚ ਰਹੇ ਹੈ, ਕਈ ਸੜਕ ਤੋਂ ਵੀ ਮਿਲੇ ਹੈ, ਮਤਲਬ ਉੱਥੇ ਉਹ ਚੱਲ ਫਿਰ ਨਹੀਂ ਸਕਦੇ, ਜਿਵੇਂ ਕਿਸੇ ਨੇ ਹਾਲਾਤ ਹੀ ਐਸੇ ਕਿ ਬਾਹਰ ਛੱਡ ਦਿੱਤਾ ਹੈ ਨਾ। ਆਪਾਂ ਬਹੁਤਾ ਘੱਟ ਆਸ ਰੱਖਦੇ ਹਾਂ ਕਿ ਬੱਚੇ ਛੱਡੇ ਜਾਂਦੇ ਹੈ, ਪਰ ਇਹ ਸੜਕਾਂ ਤੋਂ ਜਦੋਂ ਇਸ ਹਾਲਤ ਵਿੱਚ ਮਿਲਦੇ ਹੈ ਨਾ, ਤਾਂ ਉਸ ਵੇਲੇ ਬਹੁਤ ਸਵਾਲਾਂ ਦਾ ਹੜ ਆ ਜਾਂਦਾ ਹੈ। ਪਰ ਦੂਜਾ ਪੱਖ ਹੁਣ ਆਪਣੇ, ਜੇ ਅਸੀਂ ਸਮਾਜ 'ਚ ਦੇਖੀਏ, ਸਾਡੇ 1% ਵੀ ਇਹ ਕੈਟਾਗਰੀ ਲਾ ਲਈ, 1% ਜਦੋਂ ਕਿ ਜ਼ਿਆਦਾ ਹੈ, 3% ਦੀ ਗੱਲ ਹੋ ਰਹੀ ਸੀ ਕੱਲ੍ਹ, 1% ਵੀ ਲਗਾ ਲਈਏ, ਪੰਜਾਬ ਦੇ ਵਿੱਚ 2 ਕਰੋੜ ਤੋਂ ਉੱਪਰ ਹੈ ਨਾ ਆਬਾਦੀ, 2 ਲੱਖ ਹੋ ਗਏ। ਹੁਣ ਇਹਨਾਂ ਬੱਚਿਆਂ ਨੂੰ ਪੇਰੈਂਟਸ ਸਦਾ ਨਹੀਂ ਸਿਰ 'ਤੇ ਬੈਠੇ ਰਹਿੰਦੇ, ਮੰਨ ਲਓ ਜਿਹੜੇ ਅੱਜ ਬੱਚੇ ਘਰ ਵਿੱਚ ਵੀ ਹੈਗੇ ਅਤੇ ਪੇਰੈਂਟਸ ਸਦਾ ਨਹੀਂ ਬੈਠੇ ਰਹਿੰਦੇ, ਜਿਸ ਵੇਲੇ ਪੇਰੈਂਟਸ ਚਲੇ ਗਏ, ਬੱਚਾ ਭਾਵੇਂ ਉਸ ਵੇਲੇ ਉਹ 20 ਸਾਲ ਦਾ ਹੈ, ਭਾਵੇਂ ਉਹ 40 ਸਾਲ ਦਾ ਹੈ, ਪਰ ਉਸ ਨੂੰ ਜ਼ਿੰਦਗੀ ਜੀਣ ਲਈ ਸਹਾਰਾ ਚਾਹੀਦਾ, ਉਹ ਕਿੱਥੇ ਜਾਏਗਾ? ਫਿਰ ਮਾਂ ਬਾਪ ਸਿਰ 'ਤੇ ਚਲੇ ਗਏ, ਅਤੇ ਫਿਰ ਉਹ ਬੱਚਾ ਹੁਣ ਜਿਹੜਾ ਇੰਟਲੈਕਚੁਅਲੀ ਵੀਕ ਹੈ, ਉਹ ਲੜਕੀ ਅਤੇ ਉਹ ਲੜਕਾ ਹੈ ਨਾ, ਇਹਦੇ ਲਈ ਮਤਲਬ ਮੈਂ ਹਮੇਸ਼ਾ ਗੱਲ ਤੋਂ ਨਾ, ਮੇਰਾ ਖਿਆਲ, ਮੇਰਾ ਧਿਆਨ ਸਿੱਧਾ ਮੇਰੇ ਘਰ 'ਚ ਚਲਾ ਗਿਆ, ਕਿਉਂਕਿ ਮੈਂ ਅਤੇ ਮੇਰੇ ਮਿਸਿਜ਼ ਅਤੇ ਮੇਰੀ ਬੇਟੀ, ਅਸੀਂ ਤਿੰਨ ਬੰਦਿਆਂ ਦੀ ਪਰਿਵਾਰ ਆ ਸਾਡੇ, ਹੈ ਨਾ, ਹੋਰ ਨਹੀਂ ਕੋਈ। ਮਤਲਬ ਇੱਕ ਤਾਂ ਮੇਰੇ ਗੱਲ ਕਲਿਕ ਕੀਤੀ ਕਿ ਜੇ ਕੱਲ੍ਹ ਨੂੰ ਮੈਨੂੰ ਜਾਂ ਮੇਰੀ ਵਾਈਫ ਦੋਵਾਂ ਨੂੰ ਸਾਨੂੰ ਕੁਛ ਹੋ ਜਾਂਦਾ, ਤਾਂ ਸਾਡੀ ਉਹ 2.5 ਸਾਲ ਦੀ ਬੱਚੀ ਦਾ ਕੀ ਬਣੂਗਾ? ਇਹ ਵੱਡਾ ਇੰਪੋਰਟੈਂਟ ਕੁਐਸਚਨ, ਇਹ ਸਾਡੇ ਮਨ 'ਚ ਸ਼ੁਰੂ ਤੋਂ ਸਵਾਲ, ਜਿਹਨੂੰ ਅਸੀਂ ਲੈ ਕੇ 2011 'ਚ 10 ਦੇ ਵਿੱਚ CM ਨੂੰ ਵੀ ਮਿਲੇ ਹੈ, ਅਤੇ ਉਸ ਤੋਂ ਬਾਅਦ ਫਿਰ ਲਾਈਕ ਹਾਈ ਕੋਰਟ 'ਚ ਵੀ ਰਿਕੁਐਸਟ ਕੀਤੀ ਹੈ ਵੀ ਕਿੱਥੇ ਜਾਣਗੇ ਲੋਕ। ਅਸੀਂ ਸਲਿਊਸ਼ਨ, ਅਸੀਂ ਇਹ ਨਹੀਂ ਕਿਸੇ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਹਾਂ, ਅਸੀਂ ਇਹ ਬੜਾ ਕਲੀਅਰਲੀ ਜਾਣਨਾ ਚਾਹੁੰਦੇ ਹਾਂ ਵੀ ਇਹ ਬੱਚੇ ਜਿਹੜੇ ਇੰਟਲੈਕਚੁਅਲੀ ਵੀਕ ਹੈ, ਸਾਡੇ ਸਮਾਜ, ਸਾਡਾ ਸਮਾਜ ਦਾ, ਸਾਡਾ ਪਰਿਵਾਰ ਦਾ ਹਿੱਸਾ ਹੈ, ਵੀ ਇਹਨਾਂ ਦਾ ਮਾਂ ਬਾਪ ਤੋਂ ਬਾਅਦ ਕੀ ਬਣੇਗਾ, ਕੀ ਸੋਚਿਆ ਨਹੀਂ ਤੁਸੀਂ ਕਦੇ? ਅਦਾਲਤਾਂ ਨੇ ਨਹੀਂ ਕੋਈ, ਮਤਲਬ ਜਦੋਂ ਕੋਈ ਹਾਈ ਕੋਰਟ, ਉਹਨਾਂ ਨੇ ਕਿਹਾ ਕਿ ਇਹਦੇ ਲਈ ਉਹਨਾਂ ਨੇ ਕਿਹਾ ਵੀ 2000 ਹੋਮ ਬਣਨੇ ਚਾਹੀਦੇ ਆ, ਪਰ ਹੁਣ ਉਹ ਬਜਟ ਜਿਹੜਾ ਸੀ ਨਾ, ਇਹਦੇ 'ਚ ਹਿੱਸਾ ਜਿਹੜਾ ਬਜਟ ਦੇ ਵਿੱਚ ਇਹਨਾਂ ਦਾ ਵੀ ਹਿੱਸਾ, ਕਿਉਂਕਿ ਇਹ ਵੀ ਸਟੇਟ ਦਾ ਸਾਡੇ, ਹੈ ਨਾ, ਸਟੇਟ ਦੇ ਜਾਏ ਹੈ, ਅਤੇ ਵੀ ਇਹ ਕਿਉਂ ਨਹੀਂ ਚੇਤੇ ਆਏ, ਪਰ ਇਹਦੇ ਵਿੱਚ ਬਜਟ ਦੇ ਵਿੱਚ ਜਿਵੇਂ ਨਾ ਵੀ ਵੱਖਰਾ ਕਿੱਸਾ ਨਹੀਂ ਹੈਗਾ, ਪਰਿਵਾਰ ਦਾ ਹਿੱਸਾ ਹੈ ਅਤੇ ਬਜਟ ਵਿੱਚ ਇਹਨਾਂ ਦਾ ਵੀ ਹਿੱਸਾ ਹੈ, ਪਰ ਅੱਜ ਤੱਕ ਹਿੱਸਾ ਮਿਲਿਆ ਨਹੀਂ, ਨਹੀਂ ਮਿਲਿਆ ਜਿਸ ਕਰਕੇ ਮਤਲਬ ਇਹ ਅਲੱਗ ਅਲੱਗ ਤਰੀਕਿਆਂ ਨਾਲ, ਕੋਈ ਪੁਲਿਸ ਦੇ ਥਰੂ, ਕੋਈ ਸਾਨੂੰ ਜਿਵੇਂ ਰਾਤ ਨੂੰ ਬੀਬੀ ਚੁੱਕ ਕੇ ਲਿਆਉਂਦੀ ਹੈ ਨਾ, ਅਤੇ ਇਸੇ ਤਰੀਕੇ ਨਾਲ ਪੁਲਿਸ ਦੇ ਥਰੂ ਪੇਪਰ ਬਸਰਾ ਸੰਸਥਾ 'ਚ ਦਾਖਲ ਹੋ ਜਾਂਦੇ ਹੈ। ਪਰ ਇਹ ਲਾਈਕ ਮੈਂ ਤੁਹਾਡੇ ਥਰੂ ਫਿਰ ਇਹੀ ਬੇਨਤੀ ਕਰਦਾ ਵੀ ਇਸ ਤੋਂ ਬਿਨਾਂ ਵਿਕਾਸ ਦੇ ਕੀ ਮਾਇਨੇ ਰਹਿ ਜਾਣਗੇ, ਬਹੁਤ ਵੱਡਾ ਕੁਐਸਚਨ ਮਾਰਕ ਲੱਗ ਜਾਂਦਾ ਜਿਸ ਵੇਲੇ ਬੱਚਾ, ਅਤੇ ਉਹਨੂੰ ਸਹਾਰੇ ਦੀ ਲੋੜ ਹੈ, ਜੇ ਬੱਚਾ ਸਪੈਸ਼ਲ ਨੀਡ ਵਾਲਾ, ਉਹਨੂੰ ਹਮੇਸ਼ਾ ਹੀ ਸਹਾਰੇ ਦੀ ਲੋੜ ਹੈ, ਕੁਛ ਦੇਰ ਤੱਕ ਮਾਂ ਬਾਪ ਦੇਣਗੇ, ਉਸ ਤੋਂ ਬਾਅਦ ਕੌਣ ਹੋਏਗਾ, ਅਤੇ ਉਸ ਤੋਂ ਬਾਅਦ ਜੇ ਕੋਈ ਡਿਪਰੈਸ਼ਨ ਚਲੇਗਾ, ਉਹਨੂੰ ਕੱਢਣ ਦੇ ਲਈ ਸਹਾਰੇ ਦੀ ਲੋੜ ਹੈ, ਅਤੇ ਬਜ਼ੁਰਗਾਂ ਨੂੰ ਸਹਾਰੇ ਦੀ ਲੋੜ ਪੈਂਦੀ ਹੈ ਅਖੀਰਲੇ ਸਮੇਂ ਦੇ ਵਿੱਚ, ਅਤੇ ਇਹ ਤਾਂ ਹੁਣ ਮਤਲਬ ਸਹੁੰ ਜਿਹੜੀ ਜਦੋਂ ਚੱਕਣੀ ਹੈ, ਅਤੇ ਸਹੁੰ ਨੂੰ ਯਾਦ ਰੱਖਣਾ ਪਊਗਾ ਵੀ ਸਹੁੰ ਇਸ ਚੀਜ਼ ਦੀ ਚੱਕੀ ਹੈ। ਆਪਾਂ ਸਰਕਾਰਾਂ 'ਤੇ ਵੀ ਗੱਲ ਕਰਾਂਗੇ, ਵਕਤ ਇੱਕ ਨਾ ਛੋਟੇ ਬ੍ਰੇਕ ਦਾ ਹੋਇਆ, ਬ੍ਰੇਕ ਦੇ ਅਗਲੇਰੇ ਪਾਰ ਤੁਹਾਨੂੰ ਇੱਥੋਂ ਦੀਆਂ ਮੈਂ ਨਾ ਖੂਬਸੂਰਤ ਤਸਵੀਰਾਂ ਹੋਰ ਸਾਂਝੀਆਂ ਕਰੂੰਗਾ ਤੁਹਾਡੇ ਨਾਲ, ਛੋਟੇ ਬੱਚਿਆਂ ਨਾਲ ਵੀ ਗੱਲ ਕਰਾਂਗੇ, ਔਰ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ ਜਿਹਦੇ ਨਾਲ ਭਾਅ ਜੀ ਨਾਲ ਗੱਲ ਕਰਨੀ ਹੈ, ਉਹ ਇਸ਼ੂ ਹੈ ਕਿ ਤਖ਼ਤ ਔਰ ਤਾਜ ਬਦਲਦੇ ਰਹਿੰਦੇ ਆ, ਪੰਜਾਬ ਦਾ ਤਖ਼ਤ ਔਰ ਤਾਜ ਵੀ ਬਦਲਿਆ, ਸਾਨੂੰ
की उम्मीद करनी चाहिए उन्हों तो और उन्होंने अपना फर्ज किवें निभाना चाहिए संविधानिक रूप के नवी सरकार 16 नूं बनन तो बाद। मिलते हैं एक ब्रेक के अगले रिपोर्ट ब्रेक दे इस पार तुहाडा स्वागत है। ਪ੍ਰਭ ਆਸਰਾ ਨਿਆਸਰਾਂ ਦੇ ਘਰ ਦੇ ਵਿੱਚ ਬੈਠਾਂ ਅਤੇ ਪਿੱਛੇ ਤੁਸੀਂ ਆਹ ਵੇਖੋ ਇਹ ਸਾਡੇ ਦੋਸਤ ਨੇ ਸਾਰੇ ਨਵੀਂ ਫੁਲਵਾੜੀ ਹੈ ਰੈਕਟ ਇਹਨਾਂ ਦੇ ਹੱਥਾਂ ਦੇ ਵਿੱਚ ਨੇ ਕੀ ਨਾਮ ਹੈ ਤੁਹਾਡਾ ਆਹ ਰੱਬ ਦਾ ਰੂਪ ਹੀ ਹੈ ਇਸ਼ਾਰਿਆਂ ਨਾਲ ਗੱਲ ਚੱਲਦੀ ਹੈ ਸੁਣ ਤੇ ਬੋਲ ਨਹੀਂ ਸਕਦਾ ਤੁਹਾਡਾ ਕੀ ਨਾਮ ਵੀਰੇ ਅੰਮ੍ਰਿਤਪਾਲ ਸਿੰਘ ਜੀ ਅੰਮ੍ਰਿਤਪਾਲ ਤੁਸੀਂ ਇੱਥੇ ਕਿਵੇਂ ਜੁੜੇ ਹੋਏ ਹੋ ਅਜੀ ਮੈਂ ਨਾ ਪਹਿਲਾਂ ਰੋਬਿਨਸ ਕੰਪਨੀ ਅਮਰੀਕਾ ਦੀ ਹਾਂ ਐਜ਼ ਅ ਸੁਪਰਵਾਈਜ਼ਰ ਜੌਬ ਕਰ ਚੁੱਕਾ ਹਾਂ ਇਹ ਤੇ ਮੈਂ ਸੇਵਾ ਕਰ ਰਿਹਾ ਮੈਨੂੰ ਮੇਰੇ ਮਨ ਨੂੰ ਵਧੀਆ ਲੱਗਦਾ ਬ੍ਰਦਰ ਮੇਰਾ ਇਟਲੀ ਦੇ ਵਿੱਚ ਇਟਲੀ ਸੈੱਟ ਆ ਪਰਿਵਾਰ ਸੈੱਟ ਆ ਪੂਰਾ ਹਾਂਜੀ ਹਾਂਜੀ ਪੂਰਾ ਹੁਣ ਮੇਰਾ ਆਪਣਾ ਸ਼ਰਧਾ ਮੇਰੀ ਭਾਵਨਾ ਵੀ ਮੈਂ ਸੇਵਾ ਕਰਾਂ ਕਿਉਂਕਿ ਮੇਰੀਆਂ ਬਹੁਤ ਚੀਜ਼ਾਂ ਤੋਂ ਛੁੱਟ ਚੁੱਕੀਆਂ ਵਾਹ ਜਿਉਂਦਾ ਰਹੇ ਜਿਵੇਂ ਕਿ ਤਮਾਕੂ ਜਿਹੜਾ ਮੇਰਾ ਬਹੁਤ ਮੈਨੂੰ ਮੇਰੇ ਮਾਂ ਪਿਓ ਨੇ ਕਿਤੋਂ ਮੈਨੂੰ ਦਵਾਈ ਦਵਾਤੀ ਹੁਸ਼ਿਆਰਪੁਰ ਤੁਸੀਂ ਹੈ ਕਿੱਥੋਂ ਬੇਸਿਕਲੀ ਰਹਿਣ ਵਾਲੇ ਬਾਈ ਪਿੰਡ ਖਡੂਰ ਜ਼ਿਲ੍ਹਾ ਤਰਨ ਤਾਰਨ ਪਿੰਡ ਜਾਂ ਖਡੂਰ ਅੰਮ੍ਰਿਤਸਰ ਮਾਝੇ ਦਾ ਹਾਂਜੀ ਮੈਂ ਐਕਚੁਅਲੀ ਵੀਰ ਜੀ ਦੀ ਮਾਸੀ ਦਾ ਲੜਕਾ ਹਾਂ ਪਿੰਡ ਰਾਮਪੁਰ ਬੋਧਵਾਨ ਤੋਂ ਜ਼ਿਲ੍ਹਾ ਤਰਨ ਤਾਰਨ ਪਿੰਡ ਖਡੂਰ ਸਾਹਿਬ ਦਾ ਤੇ ਇੱਥੇ ਰਹਿ ਕੇ ਯਾਰ ਕਿਵੇਂ ਲੱਗਦਾ ਸੇਵਾ ਕਰਨ ਲਈ ਤੁਸੀਂ ਮੈਨੂੰ ਯੂ ਐਸ ਸੀ ਦੀ ਕੰਪਨੀ ਤੁਸੀਂ ਸੁਪਰਵਾਈਜ਼ਰ ਸੀ ਬ੍ਰਦਰ ਤੁਹਾਡਾ ਇਟਲੀ ਦੇ ਸੈੱਟ ਆ ਯੂਰਪ ਦੇ ਵਿੱਚ ਹੁਣ ਵੀ ਮੈਨੂੰ ਆਫਰ ਆਉਂਦੇ ਆ ਇਹ ਕੰਪਨੀ ਦੇ ਪਰ ਮੈਨੂੰ ਪਿਛੋਂ ਆਉਂਦੇ ਨਹੀਂ ਸਾਨੂੰ ਇੱਥੋਂ ਵਾਲੀ ਸੇਵਾ ਹੁਣ ਮੇਰੀ ਮੈਰਿਜ ਹੋ ਚੁੱਕੀ ਆ ਮੇਰੇ ਬੱਚੀ ਆ ਤੇ ਉਹ ਆਉਂਦੇ ਵੀ ਸਾਨੂੰ ਇੱਥੋਂ ਵਧੀਆ ਲੱਗਦਾ ਹੁਣ ਮੈਨੂੰ ਨਹੀਂ ਪਤਾ ਵੀ ਮਾਰੇ ਲੋਕ ਕੀ ਹੁੰਦੇ ਆ ਵਾ ਜੋ ਵੀ ਆ ਮੈਨੂੰ ਵਧੀਆ ਲੱਗਦਾ ਖੁਸ਼ੀ ਹੁੰਦੀ ਮੇਰੇ ਆਪਣੇ ਆਪ ਨੂੰ ਮੇਰਾ ਪਰਿਵਾਰ ਖੁਸ਼ ਹੈ ਤਾਂ ਮੈਂ ਖੁਸ਼ ਹਾਂ ਮੈਨੂੰ ਸੇਵਾ 'ਚ ਕੀ ਪ੍ਰੋਬਲਮ ਆ ਤੇ ਭਾਜੀ ਅੰਮ੍ਰਿਤਪਾਲ ਇੱਥੇ ਮਤਲਬ ਯਾਰ ਇੱਥੇ ਰਹਿਣਾ ਮਤਲਬ ਬਹੁਤ ਮਨ ਨੂੰ ਕਰੜਾ ਕਰਨਾ ਪੈਂਦਾ ਬਣ ਇਹ ਤਾਂ ਹੈ ਵੀ ਜੀ ਪਰ ਨਾ ਮਨ ਨੂੰ ਬਣਾ ਕੇ ਵੀ ਆਪਾਂ ਸੇਵਾ ਕਰ ਰਹੇ ਹਾਂ ਆਪਣੇ ਮਨ ਦੇ ਵਿੱਚ ਇਹ ਕੰਮ ਰੱਖੋ ਵੀ ਸਾਡੀ ਸੇਵਾ ਚੱਲਣ ਦੀ ਆ ਇੱਥੇ ਨਹੀਂ ਤਾਂ ਚੱਲ ਗਾਂਹ ਪ੍ਰਵਾਨ ਹੋਊਗੀ ਆਂਦਨ ਨਾਨਕ ਦੁਖੀਆ ਸਭ ਸੰਸਾਰ ਆਪਾਂ ਵੇਖਣ ਦੇ ਹਾਂ ਮਾਰ ਦੇ ਸ਼ਬਦਾਂ ਵੀ ਆਹ ਬੱਚੇ ਜਿਹੜੇ ਇੱਥੇ ਆਏ ਟਾਈਮ ਲਿਆਂਦੇ ਸ਼ਮਸ਼ੇਰ ਸਿੰਘ ਜੀ ਹੋਣਾਂ ਨੇ ਇੱਥੇ ਨਹੀਂ ਹੋਣੇ ਚਾਹੀਦੇ ਚੰਗੇ ਬਣੇ ਹੋਣੇ ਚਾਹੀਦੇ ਦਵਾਈ ਵੀ ਚੱਲਦੀ ਨਹੀਂ ਸਭ ਹੁੰਦਾ ਬੜਾ ਵਧੀਆ ਲੱਗਦਾ ਤੁਸੀਂ ਬਾਹਰ ਆਹ ਵੇਖੋ ਸਾਡੇ ਛੋਟੇ ਛੋਟੇ ਜਿਹੇ ਫੁੱਲ ਨੇ ਸਾਡੇ ਔਰ ਇਹ ਸਾਡੀ ਫੁਲਵਾੜੀ ਹੈ ਜੀ ਪ੍ਰਭ ਆਸਰਾ ਦੀ ਜ਼ਿੰਦਗੀ ਬੜੀ ਖੂਬਸੂਰਤ ਚੀਜ਼ ਹੈ ਜਿੱਦਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਜਦੋਂ ਪੁੱਛਿਆ ਗਿਆ ਸੀਗਾ ਜੇਲ੍ਹ ਦੇ ਵਿੱਚ ਕਿ ਜ਼ਿੰਦਗੀ ਲਈ ਤੁਸੀਂ ਕੀ ਕਰਨਾ ਚਾਹੁੰਦੇ ਹੋ ਤਾਂ ਭਗਤ ਸਿੰਘ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ ਅਤੇ ਅਸੀਂ ਇਸ ਨੂੰ ਹੋਰ ਸੋਹਣਾ ਬਣਾਉਣਾ ਚਾਹੁੰਦੇ ਹਾਂ ਅਤੇ ਪ੍ਰਭ ਆਸਰਾ ਇਹ ਜ਼ਿੰਦਗੀਆਂ ਨੂੰ ਸੋਹਣਾ ਬਣਾ ਰਿਹਾ ਹੈ ਕੀ ਨਾਮ ਹੈ ਤੁਹਾਡਾ ਵਿੱਕੀ ਵਿੱਕੀ ਤੁਸੀਂ ਕਦੋਂ ਆਏ ਸੀ ਇੱਥੇ ਉਹ ਦੂਰੋਂ ਆਏ ਦੂਰੋਂ ਆਏ ਸੀ ਹਾਂ ਹੁਣ ਠੀਕ ਹੋ ਹਾਂ ਇੱਥੇ ਵਧੀਆ ਲੱਗਦਾ ਇੱਥੇ ਸਹੀ ਆ ਭਾਈ ਆ ਅੱਛਾ ਹਾਂ ਪਹਿਲਾਂ ਬਾਹਰ ਕਿੱਥੇ ਹੁੰਦਾ ਸੀ ਬਾਹਰ ਇੱਥੇ ਤੇ ਆ ਗਏ ਉਹਦੇ ਇੱਥੇ ਆਏ ਉਹਨਾਂ ਫਿਰ ਉਦੋਂ ਤੋਂ ਆਏ ਨਾਮ ਤੇ ਆਇਓ ਇੱਥੋਂ ਇੱਥੇ ਆ ਗਏ ਉਹਦੇ ਫਿਰ ਪੱਕਾ ਇੱਥੇ ਪੱਕਾ ਆ ਗਏ ਹਾਂ ਇੱਥੇ ਆ ਗਏ ਇੱਥੇ ਪਿਆਰ ਕਰਦੇ ਨੇ ਸਾਰੇ ਹਾਂ ਖੇਡਦੇ ਵੀ ਹੁੰਦੇ ਹੋ ਹਾਂ ਤੇਰਾ ਕੀ ਨਾਮ ਹੈ ਨਿੱਕੀ ਹੈ ਨਿੱਕੀ ਨਿੱਕੀ ਹੈ ਇੱਥੇ ਕਦੋਂ ਆਏ ਸੀ ਅਭੀ ਪੰਜ ਦਿਨ ਹੋ ਗਏ ਹਾਂ ਬੜੀਆ ਲੱਗ ਰਿਹਾ ਯਹਾਂ ਹਾਂ ਸਭ ਖਾਣੇ ਪੀਣੇ ਕੋ ਮਿਲਤਾ ਹੈ ਹਾਂ ਪਿਆਰ ਵੀ ਕਰਤੇ ਹੈ ਖੇਲਤੇ ਵੀ ਹੋ ਮਾਤਾ ਪਿਤਾ ਕਾ ਪਤਾ ਕੁਛ ਕੌਣ ਹੈ ਕਹਾਂ ਹੈ ਨਹੀਂ ਨਹੀਂ ਪਤਾ ਬਹੁਤ ਕਿੱਸੇ ਨੇ ਜੀ ਤੁਹਾਨੂੰ ਆਓ ਇੱਕ ਹੋਰ ਮੈਂ ਚੀਜ਼ ਵੱਲ ਲੈ ਕੇ ਚੱਲਦਾ ਮੈਂ ਆਪਣੇ ਸਾਥੀ ਨੂੰ ਕਹਾਂਗਾ ਕਿ ਟੈਕਨੀਕਲੀ ਇਹਨਾਂ ਨੂੰ ਸ਼ਾਇਦ ਮੁਸ਼ਕਲ ਹੋਵੇ ਇੱਕ ਵਾਰੀ ਮੈਂ ਤੁਹਾਨੂੰ ਨਾ ਕੈਮਰੇ ਦੇ ਰਾਹੀਂ ਉਹ ਸਾਹਮਣੇ ਦਿਖਾਉਂਦਾ ਵੋਕੇਸ਼ਨਲ ਸੈਂਟਰ ਹੈ ਉਹ ਜਿੱਥੇ ਮੈਂ ਹੁਣ ਚਲਿਆ ਜਾਵਾਂਗਾ ਜਾ ਰਿਹਾ ਇਹ ਵੋਕੇਸ਼ਨਲ ਸੈਂਟਰ ਹੈ ਇਸ ਪ੍ਰਭ ਆਸਰਾ ਪਰਿਵਾਰ ਦਾ ਜਦੋਂ ਕੈਮਰੇ ਨਾਲ ਵੇਖੋਗੇ ਨਾ ਤਾਂ ਇਸ ਵੋਕੇਸ਼ਨਲ ਸੈਂਟਰ ਦੀ ਤੁਹਾਨੂੰ ਖੂਬਸੂਰਤੀ ਨਜ਼ਰ ਆਏਗੀ ਉਹ ਖੂਬਸੂਰਤੀ ਇਹ ਹੈ ਕਿ ਆਹ ਜਿੰਨੀਆਂ ਚੀਜ਼ਾਂ ਤੁਸੀਂ ਇਹ ਟੈਡੀ ਔਰ ਆ ਕਰੋਸ਼ੀਏ ਇਹ ਬਣੇ ਦੇਖ ਰਹੇ ਹੋ ਇਹ ਸਾਰੇ ਹੈਂਡਕ੍ਰਾਫਟ ਨੇ ਮੈਡਮ ਇਹਨਾਂ ਨੇ ਆਪ ਬਣਾਏ ਨੇ ਇਹ ਚੀਜ਼ਾਂ ਵੀ ਇੰਨੀਆਂ ਖੂਬਸੂਰਤ ਵੈਰੀ ਗੁੱਡ ਮੈਂ ਚਾਹਾਂਗਾ ਕੈਮਰੇ ਨਾਲ ਨਾ ਤੁਸੀਂ ਸਾਰਾ ਕੁਝ ਦੇਖੋ ਇਹਨਾਂ 'ਚੋਂ ਕੋਈ ਗੱਲ ਕਰ ਸਕਦਾ ਸਾਡੇ ਨਾਲ ਕੋਈ ਜਿਹੜਾ ਬੋਲ ਸਕਦਾ ਹੋਵੇ ਪਦਵਾ ਇਹ ਤੋਂ ਸਾਊਥ ਵਾਲੀ ਨਹੀਂ ਲੜਕੀ ਹੈ ਨਾ ਹਾਂ ਸ਼ੀ ਇਜ਼ ਫਰੋਮ ਚੇਨਈ ਤਾਮਿਲਨਾਡੂ ਯੂਅਰ ਫਰੋਮ ਆਈ ਐਮ ਨੋ ਨੋ ਆਈ ਐਮ ਸੈਂਡੀਗੇਟ ਓਕੇ
आई एम लिटिल बेबी किडनैपिंग समबडी इन चेन्नई टू चेन्नई आई एम नाउ माय फादर मदर डेड माय अडॉप्टेड फादर मदर डेड स्टेप फादर मदर डेड सो आई राउंडिंग द प्लेस इन मेंटालिटी प्रॉब्लम देन आई गो टू पुलिस ब्रिंग एंड पुट बैनियन I sometimes before suicidal thought coming, I escape the banyan and I. How do you feel here? How do you feel here? I feel fantastic. How's your family here? Family अच्छा. अच्छा सब. अच्छा. मन मेरा बहुत खुश है. बड़ा खुश है मन मेरा. मैं तो हैंडक्राफ्ट जिधे थोड़े बने हुए ने ना वो दिखाने की कोशिश करता. थोड़ा नीडल जाके. मैं चाहूँगा मेरे साथी नू के कौन कहता कि जिंदगी ऊने रह गए किसी पास्यों नहीं जो ये संस्था के आ गए जो प्रभ आसरा दे आ गए ये ऊने नहीं रहे इन्होंने जिंदगी पूरा कर लिया जिंदगी पूरा करने की कोशिश की थी। देखो किनिया खूबसूरत चीज़ा बनाईया ने इन सारे ने अपने हत्थों के नाल परमात्मा वाहगुरु इन्हों चढ़ती कला के रखे कुछ एक सवाल मैं मैडम तो भी लेना चाहना मैडम इन्हों का किदा आप डील किमें करते हैं मतलब किमें पता लगता कि किदे अंदर की गुण है या आप उन्होंने किमें तराश दे तलाश दे हैं। हाँ जी इन्हों तो मतलब कि पता चल जाता है भी इन्हों पूछा जाता है भी तुम स्टिच करते हैं जहाँ कढ़ाई वाला टांका कर लोगे फिर उही उही मतलब कि इन्हों ऐसे प्रैक्टिस देंगे जी प्रैक्टिस करवाई जाती पहला रफ कपड़े ट्रेनिंग करते हैं हाँ जी ट्रेनिंग देंगे जी फिर उस तो बाद फिर इन्हों कम दिता जाता जी फिर वो सफाई नाल कम किया जाता है जी। तो मैडम ये जिहड़ियां जिहड़ी चीज़ां बन गई जो प्रोडक्ट बने हुए ने ये प्रोडक्ट जो विजिटर्स आते हैं लैके भी जाते हैं हाँ जी बिल्कुल जी लैके जाते हैं जी बच्चों का बनाया हुआ पसंद करते हैं जी बहुत खुश होंगे है जी भी बच्चे इतने तैयार करके आप बना के रख रहे हैं जी हाँ जी देखो उत्थे कढ़ाई चल रही है मैं कैमरे कैमरा सहयोगी कह फुलकारी बनाई जा रही है वो बेसिक जो बेस डिज़ाइन है वो वाह दिता गया बेस डिज़ाइन तो बाद फिर हुण वो सूई दे नाल ये फुलकारी जिहड़ी है वो तैयार की जाएगी पद्मावती भी जिहदे नाल आपां पहलां गल करके आए हैं वो भी फुलकारी कढ़ रही है सारा हैंड वर्क है और मैं अपने प्यारे दर्शकों नूं जरूर गुजारिश करांगा कि तुसीं इन्हां दा समान जरूर मंगवाओ खरीदो ताकि इन्हां दा हौसला वधे गल चीज़ां नूं वेचण दी नहीं है गल इन्हां दे हुनर दा सही मतलब इस्तेमाल इन्हां दे हुनर दी सही कदर करन दी गल है सो ये कदरां बड़ियां जरूरी हुंदियां ने बड़ियां लाजमी हुंदियां ने प्रभ आसरा दियां कुछ होर झलकियां तुहाडे नाल ते वीर जी नाल जदों असीं गल करनी है भाई साहब शमशेर जी नाल तां उह साडी गुफ्तगू होएगी कि बन चुकियां या बनन जा रहियां नवीआं जिहड़ियां सरकारां ने उहनां सरकारां दे की फर्ज़ होने चाहीदे ने इन्हां व्यक्तियों प्रति जिहड़े व्यक्ति जिंदगी दे विच कुछ विलक्षण ने थोड़ा अलग ने कुछ एक होर तस्वीरां तुहानूं सो प्रभ आसरा संस्था दे विच जदों सारे काम करदे ने तां कुछ एक होर गल्लां तुहाडे नाल सांझियां करवाउण दा यतन करदा मैं ये बच्चे मुस्कुराउंदे हुए ये बच्चे हसदे हुए आ जो स्टाफ वाले नाल तुहाडी होर गल करवाउने आ क्योंकि जिहड़े विच रहिंदे हुंदे ने उहनां नूं ज़्यादा पता हो एक बार इधर ही आ जाओ सारे तिन्ने इस साइड जी कैमरा इस साइड है आ जाओ अगे आ जाओ राजे तुसीं वी आ जाओ बेटा की नाम है तुहाडा नवजोत कौर नवजोत तुसीं इत्थे की सेवा निभाउंदे हो की सर्विस सर एज़ अ टीचर हैगी है मेरी इत्थे जॉब ਕਿਵੇਂ ਲੱਗਦਾ ਇੱਥੇ ਇੱਥੇ ਪੜਾਉਣਾ ਜਾਂ ਕਿਸੇ ਹੋਰ ਸਕੂਲ 'ਚ ਪੜਾਉਣ ਦਾ ਕੀ ਫਰਕ ਹੈ ਨਹੀਂ ਇੱਥੇ ਪੜਾਉਣਾ ਇਦਾਂ ਵੀ ਚਲੋ ਇੱਕ ਤਾਂ ਆਪਣੀ ਸੇਵਾ ਹੋ ਜਾਂਦੀ ਹੈ ਹਨਾ ਤੇ ਦੂਸਰਾ ਇਦਾਂ ਵੀ ਬੱਚੇ ਜਿਹੜੇ ਬੱਚੇ ਜਿਨ੍ਹਾਂ ਇਹਨਾਂ ਦਾ ਹੈ ਨਹੀਂ ਕੋਈ ਉਹਨਾਂ ਦੀ ਹੈਲਪ ਹੁੰਦੀ ਆ ਮਤਲਬ ਵਧੀਆ ਲੱਗਦਾ ਆਪਣੇ ਆਪ ਨੂੰ ਥੋੜਾ ਔਖਾ ਨਹੀਂ ਲੱਗਦਾ ਕਿਉਂਕਿ ਇਹ ਬੱਚੇ ਬਹੁਤ ਸਪੈਸ਼ਲ ਨੇ ਇਹਨਾਂ ਲਈ
काफ़ी एनर्जी भी चाहिए है, काफ़ी माइंड तो काफ़ी मेरे ख्याल भी अंदर चुप चाहिए होंगी इन्हों सामने नहीं पहला पहला तो चलो लगता क्योंकि अपन इदा के माहौल रहने की आदत नहीं होंगी फिर हौली हौली जो आप इदा के माहौल रेंगे आप उस हिसाब से यूज टू हो जाते हैं फिर उस हिसाब से हम मतलब ठीक है इदा कोई प्रॉब्लम नहीं होती कोऑपरेशन होगी हम एक दूजे मैडम सत श्रीकाल की नाम है सत श्रीकाल मेरा नाम तेज है कितनी देर तो इतने जुड़े हुए हो महीना हो गया हाँ जी लगे इतने इतने काम बहुत वधिया लग्या क्योंकि मैं बड़ी नर्वस सी कि मैं किसी संस्था जावा और मैं कोई इस तरह का पर मैं यही फिर प्रभा इस तरह मिले कि मैं जाके उत्थे सेवा का संकल्प हाँ हाँ हा, सेवा मैं इतने करनी चाहनी बच्चों देखना चाहती उन्होंने दी देख रेख कर दी हाँ और मैं तनो मनो होके कर दी हाँ क्योंकि बच्चे इस तरह के परमात्मा तो दवी ना बच्चे जे देवे तो उन्होंने मावं माँ बाप जींद रहन तो उन्होंने आप परवरिश कर इस करके मैं बहुत संपत्ति इन्होंने कर दी हाँ कि ਕੱਜ ਸਾਡੇ ਆਪਣੇ ਬੱਚੇ ਹੁੰਦੇ ਤੇ ਅਸੀਂ ਉਹਨਾਂ ਨੂੰ ਇਦਾਂ ਕਰਦੇ ਬਹੁਤ ਵੱਡਾ ਸਵਾਲ ਹੈ ਬਹੁਤ ਵੱਡਾ ਸਵਾਲ ਔਰ ਜੇ ਅਸੀਂ ਸਾਰੇ ਜ਼ਿੰਮੇਵਾਰ ਹੋ ਕੇ ਇਹ ਸਵਾਲ ਨੂੰ ਸੋਚੀਏ ਬਿਲਕੁਲ ਜੇ ਸੋਚੀਏ ਤੇ ਮੈਨੂੰ ਲੱਗਦਾ ਕਿ ਕੋਈ ਮਾਵਾ ਆਪਣੇ ਦਿਲ ਦੇ ਟੁਕੜੇ ਚਾਹੇ ਉਹ ਟੁਕੜੀਆਂ ਹੋਣ ਉਹ ਕਦੇ ਇਦਾਂ ਨਹੀਂ ਭੇਜਦੇ ਆਸ਼ਰਮ 'ਚ ਤੇ ਇਹ ਪਰਮਾਤਮਾ ਨੇ ਬਹੁਤ ਵਧੀਆ ਆਸ਼ਰਮ ਬਣਾਇਆ ਕਿ ਜਿਹੜੇ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦਾ ਇਹ ਆਸ਼ਰਮ ਹੈ ਇਹ ਆਸ਼ਰਮ ਬਣਿਆ ਉਹਨਾਂ ਲੋਕਾਂ ਵਾਸਤੇ ਉਹਨਾਂ ਬੱਚਿਆਂ ਵਾਸਤੇ ਆ ਬੇਸਹਾਰਿਆਂ ਵਾਸਤੇ ਆ ਜਿਨ੍ਹਾਂ ਦਾ ਕੋਈ ਨਹੀਂ ਕਹਿੰਦੇ ਉਹਦਾ ਪ੍ਰਭੂ ਹੈ ਉੱਪਰ ਪ੍ਰਭ ਆਸਰਾ ਕੀ ਨਾਮ ਹੈ ਜੀ ਤੁਹਾਡਾ ਸਰਜੀਤ ਕੌਰ ਸਰਜੀਤ ਕਿੰਨੀ ਦੇਰ ਤੋਂ ਜੁੜੇ ਹੋਏ ਇੱਥੇ ਮੈਂ ਦਸੰਬਰ ਤੋਂ ਜੁਆਇਨ ਕੀਤਾ ਸਰ ਹਾਂਜੀ ਕਿਵੇਂ ਲੱਗ ਰਿਹਾ ਇੱਥੇ ਮਤਲਬ ਬਹੁਤ ਵਧੀਆ ਲੱਗਦਾ ਸਰ ਮਨ ਨੂੰ ਖੁਸ਼ੀ ਮਿਲਦੀ ਹੈ ਇਹਨਾਂ ਬੱਚਿਆਂ ਦਾ ਜਿਨ੍ਹਾਂ ਦਾ ਕੋਈ ਮਾਂ ਕੁਝ ਵੀ ਨਹੀਂ ਹੈਗਾ ਅੱਗੇ ਪਿੱਛੇ ਹਨਾ ਉਹਨਾਂ ਦੀ ਹੈਲਪ ਕਰਕੇ ਬਹੁਤ ਵਧੀਆ ਲੱਗਦਾ ਨਹੀਂ ਮੁਸ਼ਕਲ ਨਹੀਂ ਆਉਂਦੀ ਹੈਗੀ ਕਿਉਂਕਿ ਇਹਨਾਂ ਨੂੰ ਸਮਝਾਉਣਾ ਬੜਾ ਔਖਾ ਹੈ ਬੱਚਿਆਂ ਨੂੰ ਇਹ ਤਾਂ ਹੈ ਸਰ ਬਟ ਇਹਨਾਂ ਨਾਲ ਪਿਆਰ ਨਾਲ ਡੀਲ ਕਰਕੇ ਪਿਆਰ ਨਾਲ ਸਮਝਾ ਕੇ ਇਹ ਫਿਰ ਅੱਗੋਂ ਸਾਨੂੰ ਪਿਆਰ ਕਰਦੇ ਨੇ ਬਹੁਤ ਅੱਛਾ ਲੱਗਦਾ ਬਹੁਤ ਵਧੀਆ ਲੱਗਦਾ ਆ ਪ੍ਰਭ ਆਸਰਾ ਸੰਸਥਾ ਤੇ ਇਹਨਾਂ ਛੋਟੇ ਛੋਟੇ ਬੱਚਿਆਂ ਤੋਂ ਇਸ ਵਕਤ ਤੁਹਾਡੇ ਤੋਂ ਵਿਦਾ ਲੈਣ ਦਾ ਵਕਤ ਹੋਇਆ ਪ੍ਰਭ ਆਸਰਾ ਹੋਮ ਫੋਰ ਹੈਲਪਲੈਸ ਨਿਆਸਰਿਆਂ ਦੇ ਘਰ ਦੇ ਵਿੱਚ ਫਿਰ ਆਉਂਦੇ ਰਹਾਂਗੇ ਤੁਹਾਡੀ ਝਾਤ ਪਵਾਉਂਦਾ ਰਹਾਂਗਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਹ ਜ਼ਿੰਦਗੀ ਦੇ ਕਿਸ ਪੜਾਅ 'ਤੇ ਨੇ ਔਰ ਸੰਸਥਾ ਇਹਨਾਂ ਦੀ ਜ਼ਿੰਦਗੀ ਦੇ ਇਹਨਾਂ ਪੜਾਵਾਂ ਨੂੰ ਕਿਵੇਂ ਸੰਪੂਰਨ ਕਰਨ ਦਾ ਕੋਸ਼ਿਸ਼ ਕਰ ਰਹੀ ਹੈ ਸੇਵਾ ਕਹਿ ਦੇਣੀ ਬੜੀ ਸੌਖੀ ਹੁੰਦੀ ਹੈ ਕਰਨੀ ਬੜੀ ਔਖੀ ਹੁੰਦੀ ਹੈ ਜਿਨ੍ਹਾਂ ਦੇ ਜ਼ਿੰਮੇ ਆਈ ਉਹ ਧੰਨ ਨੇ ਦਿਓ ਆਗਿਆ ਜੁੜੇ ਰਹੋ ਜਸ ਪੰਜਾਬੀ ਦੇ ਨਾਲ ਪ੍ਰਭ ਆਸਰਾ ਦੇ ਨਾਲ ਸਤਿ ਸ਼੍ਰੀ ਅਕਾਲ